ਭੁੱਖੇ ਮਰ ਰਹੇ ਆ, ਬੱਚੇ ਭੁੱਖੇ ਮਰ ਰਹੇ ਆ, ਉਹਨਾਂ ਦੇ ਗੇਟ ਬੰਦ ਕਰ ਲਏ, ਅਸੀਂ ਮੂੰਹ ਬੰਦ ਕਿਵੇਂ ਕਰੀਏ? ਖਾਣਾ ਨਹੀਂ ਦੇ ਰਹੇ, ਤਿੰਨ ਚਾਰ ਦਿਨ ਸੇ ਭੁੱਖੇ ਮਰ ਰਹੇ, ਕਾਮ ਨਹੀਂ ਲੱਗ ਰਹੇ, ਕਾਮ ਬੰਦ ਕਰ ਦਿਆ, ਕਹੀਂ ਆਣੇ ਜਾਣੇ ਨਹੀਂ ਦਿੱਤੇ ਕਾਮ ਪੇ, ਅਬ ਕਿਆ ਕਰੇ, ਕਹਾਂ ਜਾਏ, ਖਾਣਾ ਕਹਾਂ ਸੇ ਖਾਏ, ਪੈਸਾ ਹੈ ਨਹੀਂ ਪਾਸ ਮੇ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਵੱਲੋਂ ਪੂਰਨ ਤੌਰ ਤੇ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਲੋਕ ਘਰਾਂ ਦੇ ਵਿੱਚ ਕੈਦ ਹੋ ਚੁੱਕੇ ਨੇ, ਬਾਜ਼ਾਰਾਂ ਦੇ ਵਿੱਚ ਸਨਾਟਾ ਛਾਇਆ ਹੋਇਆ, ਦੁਕਾਨਾਂ ਫੈਕਟਰੀਆਂ ਨੂੰ ਤਾਲੇ ਲੱਗੇ ਹੋਏ ਨੇ, ਲੋਕਾਂ ਨੂੰ ਨਾ ਬਾਹਰੋਂ ਰਾਸ਼ਨ ਮਿਲ ਰਿਹਾ ਹੈ ਤੇ ਨਾ ਹੀ ਸਰਕਾਰ ਵੱਲੋਂ ਭੇਜਿਆ ਰਾਸ਼ਨ ਲੋਕਾਂ ਤੱਕ ਪਹੁੰਚ ਰਿਹਾ। ਬੇਸ਼ੱਕ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਉਣ ਦੇ ਦਾਅਵੇ ਲਗਾਤਾਰ ਕੀਤੇ ਜਾ ਰਹੇ ਨੇ, ਪਰ ਇਸ ਖਬਰ ਨੂੰ ਵੇਖੀਏ ਤਾਂ ਇਹ ਸਾਰੇ ਦਾਅਵੇ ਫੇਲ ਸਾਬਿਤ ਹੋ ਰਹੇ ਨੇ। ਭੁੱਖੇ ਚਾਰ ਪਾਂਚ ਦਿਨ ਸੀ, ਕੁਛ ਵੀ ਨਹੀਂ ਹੈ ਹਮਾਰੇ ਪਾਸ ਤੋਂ ਖਾਣੇ ਕੇ ਲਈ, ਭੁੱਖੇ ਮਰ ਰਹੇ ਹਮ। ਸਰਕਾਰ ਨੇ ਕੁਛ ਦਿਆ ਨਹੀਂ, ਕੁਛ ਵੀ ਨਹੀਂ ਦਿਆ ਸਰਕਾਰ ਨੇ ਹਮ। ਕਿ ਸਾਡੇ ਪਿੰਡ ਬਸਤੀ ਨਿਜ਼ਾਮਦੀਨ ਦੇ ਵਿੱਚ ਲੋਕ ਬਹੁਤ ਹੀ ਗਰੀਬ ਹਨ, ਜਿਹੜੇ ਬਹੁਤ ਹੀ ਮਤਲਬ ਕਿ ਕੰਮਾਂ ਕਾਰਾਂ ਤੋਂ ਘਰ ਬੈਠੇ ਨੇ ਅਤੇ ਬਹੁਤ ਹੀ ਮਤਲਬ ਕਿ ਉਹਨਾਂ ਨੂੰ ਦਿੱਕਤ ਆ ਰਹੀ ਰਾਸ਼ਨ ਦੀ, ਜੋ ਸਰਕਾਰ ਵੱਲੋਂ ਆਖਦੇ ਨੇ ਕਿ ਸਰਕਾਰ ਰਾਸ਼ਨ ਭੇਜੇ, ਕੋਈ ਰਾਸ਼ਨ ਸਾਡੇ ਬਸਤੀ ਨਿਜ਼ਾਮ ਵਿੱਚ ਨਹੀਂ ਪਹੁੰਚਿਆ ਅਤੇ ਲੋਕ ਭੁੱਖੇ ਮਰ ਰਹੇ ਹਨ। ਅਤੇ ਅਸੀਂ ਸਰਕਾਰ ਨੂੰ ਜੋ ਅਸੀਂ ਨੰਬਰ ਵੀ ਲਾਇਆ ਹੈ, ਔਨਲਾਈਨ ਨੰਬਰ ਜਿਹੜਾ ਚੱਲ ਰਿਹਾ ਡੀਸੀ ਦਾ, ਅਤੇ ਸਾਡਾ ਕਿਸੇ ਨੰਬਰ ਵੀ ਚੁੱਕ ਰਿਹਾ। ਇਹ ਸਮੱਸਿਆ ਸਾਡੀ ਜੀ, ਨਾ ਤਾਂ ਸਾਡੇ ਬੱਚਿਆਂ ਨੂੰ ਖਾ ਕੋਈ ਰੋਟੀ ਮਿਲ ਰਹੀ ਆ, ਨਾ ਕੋਈ ਪਾਣੀ, ਨਾ ਸਾਡੇ ਪਾਣੀ ਦੀ ਵੀ ਬਹੁਤ ਖਿਆਈ ਆ, 15-20 ਦਿਨ ਹੋ ਗਏ ਅਸੀਂ ਪਾਣੀ ਵਾਲੀਆਂ ਪੀਣ ਵਾਲੀਆਂ ਵੀ ਦੁਖੀ ਹਾਂ, ਅਤੇ ਨਹਾਉਣਾ ਧੋਣਾ ਤੱਕ ਤੇ ਹੀ ਰਹਿ ਗਿਆ ਸਾਡਾ ਹੈ। ਨਾ ਤਾਂ ਸਾਡੇ ਬੱਚਿਆਂ ਨੂੰ ਕੋਈ ਇੱਥੇ ਖਾਣਾ ਮਿਲ ਰਿਹਾ, ਨਾ ਕੋਈ ਸੌਦਾ, ਨਾ ਕੋਈ ਦੁੱਧ ਨਹੀਂ, ਕੋਈ ਸਬਜ਼ੀ ਨਹੀਂ, ਕੋਈ ਲੰਗਰ ਨਹੀਂ, ਗੁਰਦੁਆਰੇ 'ਚ ਲੰਗਰ ਪੱਕੀ ਜਾਂਦਾ ਉਹ ਵੀ ਸਾਡੇ ਮਹੱਲੇ 'ਚ ਨਹੀਂ ਆਉਂਦਾ ਪਿਆ, ਇੱਧਰ ਮਿੱਤੀ ਰੋਡ ਹੈ, ਇੱਧਰ ਸਾਡੇ 4-5 ਜਾਤੀਆਂ ਰਹਿੰਦੀਆਂ ਨੇ, ਸੈਂਸੀ ਆ, ਛੱਜਾਂ ਵਾਲੇ ਆ, ਬਈਏ ਆ, ਅਤੇ ਆਪਣੇ ਵਾਲਮੀਕਿ ਆ, ਸਾਨੂੰ ਕੋਈ ਸਹਾਇਤਾ ਨਹੀਂ ਮਿਲਦੀ ਪਈ। ਹੁਣ ਤੁਹਾਡੀ ਕੀ ਮੰਗ? ਹੁਣ ਸਾਡੀ ਇਹ ਮੰਗ ਆ, ਸਾਡੇ ਬੱਚਿਆਂ ਨੂੰ ਰੋਟੀ ਮਿਲਣੀ ਚਾਹੀਦੀ ਆ, ਸਾਨੂੰ ਖਾਣਾ ਮਿਲਣਾ ਚਾਹੀਦਾ, ਜਿੰਨੇ ਦਿਨ ਕਰਫਿਊ ਲੱਗੂਗਾ ਉਨੇ ਦਿਨ ਸਾਡੇ ਬੱਚਿਆਂ ਨੂੰ ਕੋਈ ਚਾਹ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ, ਸਾਨੂੰ ਸਹਾਇਤਾ ਮਿਲਣੀ ਚਾਹੀਦੀ, ਸਾਨੂੰ ਕੋਈ ਸਹਾਇਤਾ ਨਹੀਂ ਮਿਲਦੀ, ਸਾਰੇ ਸ਼ਹਿਰਾਂ 'ਚ ਸਹਾਇਤਾ ਮਿਲੀ ਜਾਂਦੀ। ਸਮੱਸਿਆ ਇਹ ਆ ਰਹੀ ਹੈ ਜੀ, ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਵੀ ਘਰਾਂ ਦੇ ਵਿੱਚ ਰਹੋ, ਅਸੀਂ ਘਰਾਂ ਦੇ ਵਿੱਚ ਜ਼ਰੂਰ ਰਹਿ ਰਹੇ ਹਾਂ, ਉਹਨਾਂ ਦਾ ਪਾਲਣ ਕਰ ਰਹੇ ਹਾਂ, ਲੇਕਿਨ ਸਾਨੂੰ ਇੱਥੇ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ, ਘਰਾਂ ਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਆ ਰਿਹਾ, ਅਤੇ ਖਾਣ ਪੀਣ ਦੀ ਦਿੱਕਤ ਆ ਰਹੀ ਹੈ, ਰਾਸ਼ਨ ਬਿਲਕੁਲ ਨਹੀਂ ਆ ਰਿਹਾ, ਲੋਕ ਭੁੱਖੇ ਮਰ ਰਹੇ ਆ, ਬੱਚੇ ਭੁੱਖੇ ਮਰ ਰਹੇ ਆ, ਉਹਨਾਂ ਦੇ ਗੇਟ ਬੰਦ ਕਰ ਲਏ, ਅਸੀਂ ਮੂੰਹ ਬੰਦ ਕਿਵੇਂ ਕਰੀਏ? ਬਹੁਤ ਸਮੱਸਿਆ ਆ ਰਹੀ ਹੈ ਜੀ। ਕੀ ਮੰਗ ਕਰਦੇ? ਮੰਗ ਇਹੀ ਕਰਦੇ ਨੇ, ਸਾਨੂੰ ਰਾਸ਼ਨ ਦੀ ਸੁਵਿਧਾ ਕੀਤੀ ਜਾਵੇ, ਸਾਨੂੰ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਇਆ ਜਾਵੇ, ਪਾਣੀ ਸਾਡੇ ਪਾਣੀ ਨਹੀਂ ਆਉਂਦਾ ਪਿਆ, ਪਾਣੀ ਦੀ ਵਿਵਸਥਾ ਕੀਤੀ ਜਾਵੇ, ਅਸੀਂ ਇਹੀ ਚਾਹੁੰਦੇ ਹਾਂ ਜੀ, ਬਸ ਇਹ ਕਹਿਣਾ ਚਾਹੁੰਦੇ ਵੀ ਪਾਣੀ ਦੀ ਵਿਵਸਥਾ ਕੀਤੀ ਜਾਵੇ ਅਤੇ ਰਾਸ਼ਨ ਘਰਾਂ ਦੇ ਵਿੱਚ ਦਿੱਤਾ ਜਾਵੇ। ਖਾਣ ਨੂੰ ਨਹੀਂ ਮਿਲਦਾ ਕੁਛ, ਕਾਗਜ਼ ਵੀ ਬੰਦ ਹੋ ਗਏ, ਕਬਾੜੀ ਵੀ ਬੰਦ ਹੋ ਗਈ, ਕਿੱਥੋਂ ਖਾਈਏ? ਸਰਕਾਰ ਦੁਆਰਾ ਹੈਲਪਲਾਈਨ ਨੰਬਰ ਸਰਕਾਰ ਦੇ ਵੇਖ ਤਾਂ ਖਾਰਾ ਉਹਨਾਂ ਦੇ ਬੈਠੇ ਰਹੋ ਭੁੱਖੇ। ਫਿਰੋਜ਼ਪੁਰ ਤੋਂ ਦਾ ਸਟੇਟ ਨਿਊਜ਼ ਦੇ ਲਈ ਪਰਮਜੀਤ ਪੰਮਾ ਦੀ ਰਿਪੋਰਟ।